ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ LFC ਸੁਮਾਲਿਕਾ ਸ਼ਰਮਾ, ਮੈਂ ਚੰਡੀਗੜ੍ਹ ਤੋਂ ਆਈ ਹਾਂ ਅਤੇ ਅਸੀਂ NIC 1 ਕੈਂਪ ਅੰਮ੍ਰਿਤਸਰ ਲਾਉਣ ਆਏ ਹਾਂ ਅਤੇ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਆਪਣੇ ਭਾਰਤ ਨੂੰ ਅਸੀਂ ਸਾਫ਼ ਸੁਥਰਾ ਬਣਾਈਏ ਅਤੇ ਇਹਨੂੰ ਪਲਾਸਟਿਕ ਮੁਕਤ ਸ਼ਹਿਰ ਬਣਾਈਏ। ਅੰਮ੍ਰਿਤਸਰ ਨੂੰ ਇਹੀ ਮੁਹਿੰਮ ਅਸੀਂ ਅੰਮ੍ਰਿਤਸਰ ਤੋਂ ਜਾਰੀ ਕੀਤੀ ਹੈ ਤਾਂ ਕਿ ਅੰਮ੍ਰਿਤਸਰ ਸਭ ਤੋਂ ਸੋਹਣਾ ਅਤੇ ਸਭ ਤੋਂ ਸੁੰਦਰ ਸ਼ਹਿਰ ਬਣ ਸਕੇ ਅਤੇ ਅਸੀਂ ਇਸ ਲਈ ਇੱਕ ਰੈਲੀ ਕੱਢੀ ਹੈ ਜਿਹਦੇ ਵਿੱਚੋਂ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪਲਾਸਟਿਕ ਘੱਟ ਵਰਤੋ ਅਤੇ ਪੇੜ ਪੌਦੇ ਲਾਓ ਅਤੇ ਪੇੜ ਕੱਟੋ ਨਾ, ਸੁੱਕੇ ਪੱਤੇ ਨਾ ਜਲਾਓ ਅਤੇ ਹੋਰ ਪਾਣੀ ਗੰਦਾ ਨਾ ਕਰੋ ਅਤੇ ਹੋਰ ਵੀ ਬਹੁਤ ਚੀਜ਼ਾਂ ਮੇਰੀ ਸਹੇਲੀ ਤੁਹਾਨੂੰ ਦੱਸੂਗੀ। ਜਿਵੇਂ ਕਿ ਮੇਰੀ ਸਹੇਲੀ ਨੇ ਤੁਹਾਨੂੰ ਦੱਸਿਆ, ਉਵੇਂ ਇਹ ਜਿਹੜਾ ਕੈਂਪ ਹੈ ਇਹ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਹੈ। ਇਹਦੇ ਵਿੱਚ ਪੂਰੇ ਇੰਡੀਆ ਤੋਂ ਬੱਚੇ ਆਏ ਹੋਏ ਹਨ ਅਤੇ ਸਾਰੇ ਅੱਜ ਇੱਥੇ ਸਵੇਰੇ 6 ਵਜੇ 'ਤੇ ਖੜ੍ਹੇ ਹਨ, ਅਸੀਂ ਸਾਰਿਆਂ ਨੂੰ ਸੰਦੇਸ਼ ਦੇਣ ਲਈ ਕਿ ਸਾਰੇ ਆਪਣੇ ਦੇਸ਼ ਨੂੰ ਸਵੱਛ ਰੱਖਣ, ਸਾਫ਼ ਰੱਖਣ, ਤਾਂ ਕਿ ਅੱਗੇ ਜਿਹੜੀਆਂ ਜਨਰੇਸ਼ਨਸ ਆ ਰਹੇ ਉਹਨਾਂ ਲਈ ਵੀ ਬਹੁਤ ਸਹੀ ਰਹੇ। ਅਤੇ ਸਾਰਿਆਂ ਨੂੰ ਇਹੀ ਗੁਜ਼ਾਰਿਸ਼ ਹੈ ਸਾਡੇ ਵੱਲੋਂ ਕਿ ਸਾਰੇ ਇਸ ਵੱਲੋਂ ਅਵੇਅਰ ਰਹਿਣ ਅਤੇ ਸਾਰੇ ਸਵੱਛ ਰੱਖਣ। ਧੰਨਵਾਦ।